ਕਾਦੀਆਂ ਦੇ ਵਿੱਚ ਇਕੱਠੇ ਹੋਏ ਆ ਕਿਉਂਕਿ ਜਨਰਲ ਸਕੱਤਰ ਹੋਣ ਕਰਕੇ ਬਾਹਰ ਮੈਂ ਜ਼ਿਆਦਾ ਰਿਹਾ ਵਾ ਇੱਥੇ ਇਲਾਕੇ 'ਚ ਬਹੁਤਾ ਪ੍ਰੈਸ ਦੇ ਮੈਂ ਰੂਬਰੂ ਨਹੀਂ ਹੋ ਸਕਿਆ ਔਰ ਅੱਜ ਤੁਹਾਨੂੰ ਮੈਂ ਇਹ ਖੁਸ਼ੀ ਦੀ ਖਬਰ ਦੇਣ ਲੱਗਿਆ ਕਿ ਜਿਹੜਾ ਅਸੀਂ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਡੇ ਇਲਾਕੇ 'ਚ ਆਉਣ ਔਰ ਸਾਡੇ ਇਲਾਕੇ ਦੇ ਲੋਕਾਂ ਦੇ ਰੂਬਰੂ ਹੋਣ ਆਪਣੇ ਵਿਚਾਰ ਰੱਖਣ ਉਹ ਪਰਸੋਂ 16 ਤਰੀਕ ਨੂੰ ਸਵੇਰੇ 10 ਵਜੇ ਆਈਟੀਆਈ ਗਰਾਊਂਡ ਕਾਦੀਆਂ 'ਚ ਮਾਨ ਸਾਹਿਬ ਆ ਰਹੇ ਨੇ ਔਰ ਉਹਨਾਂ ਨਾਲ ਸਾਡੇ ਜਿਹੜੇ ਲੋਕ ਸਭਾ ਦੇ ਉਮੀਦਵਾਰ ਨੇ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਜੀ ਔਰ ਜ਼ਿਲ੍ਹੇ ਦੀ ਸਮੁੱਚੀ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਉਹਦੇ ਨਾਲ ਆ ਰਹੀ ਹੈ ਔਰ ਮਾਨ ਸਾਹਿਬ ਆ ਕੇ ਇਹ ਸਾਰੇ ਇਲਾਕੇ ਨਿਵਾਸੀਆਂ ਨੂੰ ਜਿਹੜਾ ਵਾ ਉਹ ਸੰਬੋਧਿਤ ਹੋਣਗੇ ਔਰ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ ਕਿ ਮਾਨ ਸਾਹਿਬ ਰੋਜ਼ ਹੀ 2-3 ਫੰਕਸ਼ਨ ਜਿਹੜੇ ਆ ਉਹ ਕਰਦੇ ਆ ਸੋ ਪਹਿਲਾ ਫੰਕਸ਼ਨ ਉਦਣ ਜਿਹੜਾ ਵਾ ਜਿਹੜਾ ਜਨਤਕ ਰੈਲੀ ਤੁਸੀਂ ਕਹਿ ਲਓ ਉਹ ਸਾਡੇ ਆ ਸਵੇਰੇ 10 ਵਜੇ ਔਰ ਉਸ ਤੋਂ ਬਾਅਦ ਸ਼ਾਮ ਦਾ ਪ੍ਰੋਗਰਾਮ ਜਿਹੜਾ ਰੋਡ ਸ਼ੋਅ ਦਾ ਉਹ ਅੰਮ੍ਰਿਤਸਰ ਸਾਹਿਬ ਆ ਸੋ ਅਸੀਂ ਅੱਜ ਵਰਕਰ ਵੀ ਸਾਰੇ ਆਪਣੇ ਇਸੇ ਲਈ ਬੁਲਾਏ ਆ ਕਿ ਸਾਰਿਆਂ ਨੂੰ ਅਸੀਂ ਲਾਮਬੰਦ ਕਰਦੀ ਹੈ ਸਾਰੀਆਂ ਕੱਲ੍ਹ ਮੈਂ ਇੱਕ ਚੱਕਰ ਵੀ ਮਾਰ ਕੇ ਗਿਆ ਸੀ ITI ਦਾ ਸਾਰਾ ਦੇਖ ਕੇ ਸੀ ਸਾਰੇ ਆਪਾਂ ਡਿਊਟੀਆਂ ਲਗਾ ਦਿੱਤੀਆਂ ਵਾ ਕਮੇਟੀ ਬਣਾ ਦਿੱਤੀਆਂ ਸਾਰਾ ਪ੍ਰਬੰਧ ਜਿਹੜਾ ਵਾ ਜਿਹੜਾ ਉਹ ਹੋ ਰਿਹਾ ਵਾ ਸਾਰੀ ਪਲੈਨਿੰਗ ਜਿਹੜੀ ਆ ਉਹ ਹੋ ਗਈ ਆ ਔਰ ਵੱਡਾ ਇਕੱਠ ਜਿਹੜਾ ਵਾ ਜਨਤਕ ਇਕੱਠ ਇੱਥੇ ਕਾਦੀਆਂ ਦੀ ਧਰਤੀ 'ਤੇ ਇੱਕ ਇਤਿਹਾਸਕ ਹੋਣ ਜਾ ਰਿਹਾ ਸੋ ਇਸੇ ਲਈ ਤੁਹਾਨੂੰ ਸਾਰਿਆਂ ਨੂੰ ਅੱਜ ਪ੍ਰੈਸ ਦੇ ਰਾਹੀਂ ਮੈਂ ਗੱਲ ਜਿਹੜੀ ਆ ਉਹ ਗੱਲ ਕਰਨਾ ਚਾਹੁੰਦਾ ਕਿ ਸਾਰੇ ਵੱਡੀ ਗਿਣਤੀ 'ਚ ਜਿੰਨਾ ਤੱਕ ਵੀ ਮੇਰੀ ਗੱਲ ਪਹੁੰਚ ਰਹੀ ਆ ਸਾਰੇ ਹੀ ਵੱਡੀ ਗਿਣਤੀ 'ਚ ਪਹੁੰਚੀ ਹੈ ਕਿਉਂਕਿ ਮਾਨ ਸਾਹਿਬ CM ਬਣਨ ਤੋਂ ਬਾਅਦ ਪਹਿਲੀ ਵਾਰਾਂ ਕਾਦੀਆਂ ਸ਼ਹਿਰ 'ਚ ਆ ਰਹੇ ਆ ਔਰ ਬੜੇ ਲੰਬੇ ਸਮੇਂ ਤੋਂ ਸਾਨੂੰ ਇਹ ਪਲ ਦਾ ਇੰਤਜ਼ਾਰ ਸੀ ਕਿ ਮਾਨ ਸਾਹਿਬ ਆਪ ਕਾਦੀਆਂ ਨਗਰ 'ਚ ਆਉਣ ਕਾਦੀਆਂ ਹਲਕੇ 'ਚ ਆਉਣ ਔਰ ਇਲਾਕਾ ਨਿਵਾਸੀਆਂ ਨੂੰ ਸੰਬੋਧਿਤ ਹੋਣ ਸੋ ਉਹਦੇ ਲਈ ਮੈਂ ਅੱਜ ਰਿਕੁਐਸਟ ਕਰਨ ਲਈ ਸਾਰਿਆਂ ਨੂੰ ਪ੍ਰੈਸ ਵਾਲਿਆਂ ਨੂੰ ਵੀ ਔਰ ਜਿਹੜੇ ਮੇਰੇ ਸਾਡੇ ਵਲੰਟੀਅਰ ਪਾਰਟੀ ਦੇ ਆਏ ਆ ਅਹੁਦੇਦਾਰ ਆਏ ਆ ਉਹਨਾਂ ਸਾਰਿਆਂ ਨੂੰ ਮੈਂ ਅੱਜ ਰਿਕੁਐਸਟ ਕਰਨ ਲਈ ਇੱਥੇ ਅੱਜ ਪ੍ਰੈਸ ਕਾਨਫਰੰਸ ਹੈ ਪ੍ਰੈਸ ਕਾਨਫਰੰਸ ਦਾ ਜਿਹੜਾ ਸਾਡਾ ਮੇਨ ਮਕਸਦ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਮਾਣਯੋਗ ਮੁੱਖ ਮੰਤਰੀ ਪੰਜਾਬ ਪਰਸੋਂ 16 ਮਈ ਵਾਲੇ ਦਿਨ ਸਵੇਰੇ 10 ਵਜੇ ਕਾਦੀਆਂ ਦੀ ਇਸ ਇਤਿਹਾਸਕ ਧਰਤੀ ਤੇ ਪਹੁੰਚ ਰਹੇ ਨੇ ਔਰ ਕਾਦੀਆਂ ITI ਦੀ ਜਿਹੜੀ ਗਰਾਊਂਡ ਆ ਉੱਥੇ ਉਹ ਜਨਤਕ ਸਭਾ ਜਿਹੜੀ ਆ ਉਹਨੂੰ ਸੰਬੋਧਨ ਕਰਨਗੇ ਔਰ ਅੱਜ ਮੈਂ ਮੀਡੀਆ ਦੇ ਰਾਹੀਂ ਸਾਰਿਆਂ ਨੂੰ ਆਪਣੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਖਾਸ ਕਰਕੇ ਕਾਦੀਆਂ ਹਲਕੇ ਦੇ ਔਰ ਜ਼ਿਲ੍ਹੇ ਗੁਰਦਾਸਪੁਰ ਦੇ ਉਹਨਾਂ ਨੂੰ ਪੁਰਜ਼ੋਰ ਅਪੀਲ ਵੀ ਕਰਦਾ ਕਿ ਬੜੇ ਲੰਬੇ ਸਮੇਂ ਤੋਂ ਅਸੀਂ ਇੰਤਜ਼ਾਰ ਕਰ ਰਹੇ ਸੀ ਕਿ ਮਾਨ ਸਾਹਿਬ ਸਾਡੇ ਇਲਾਕੇ 'ਚ ਆਉਣ ਔਰ ਇਲਾਕਾ ਬਹੁਤ ਅੱਛਾ ਰਿਸਪੌਂਸ ਚੱਲ ਰਿਹਾ ਜਿਸ ਤਰ੍ਹਾਂ ਤੁਸੀਂ ਦੇਖੋ ਕਿ ਬੜੀਆਂ ਵੱਡੀਆਂ ਵੱਡੀਆਂ ਜੁਆਇਨਿੰਗਸ ਆ ਕੱਲ੍ਹ ਹੀ ਸ਼੍ਰੀ ਸ਼ਵਰਨ ਸਲਾਰੀਆ ਜੀ ਜਿਹੜੇ BJP ਦੇ ਕਾਫੀ ਵੱਡੇ ਲੀਡਰ ਸੀ ਸਾਡੇ ਜ਼ਿਲ੍ਹੇ ਨਾਲ ਸੰਬੰਧਿਤ ਸੀ ਉਹ ਆਮ ਆਦਮੀ ਪਾਰਟੀ 'ਚ ਆ ਗਏ ਉਸ ਤੋਂ ਪਹਿਲਾਂ ਵੀ ਚੰਡੀਗੜ੍ਹ ਤੁਸੀਂ ਦੇਖਿਆ ਹੋਣਾ ਮਾਨ ਸਾਹਿਬ ਨੇ ਕਾਫੀ ਵੱਡੀ ਗਿਣਤੀ 'ਚ ਜੁਆਇਨਿੰਗ ਉਦਣ 100-150 ਚੰਗਾ ਭਲਾ ਜਿਹੜਾ ਨਾਮਵਰ ਬੰਦਾ ਸਾਡੀ ਲੋਕ ਸਭਾ ਗੁਰਦਾਸਪੁਰ 'ਚ ਜੁਆਇਨ ਕੀਤਾ ਸ਼ੈਰੀਕਲਸੀ ਜੀ ਔਰ ਮੈਂ ਮਾਨ ਸਾਹਿਬ ਦੀ ਹਾਜ਼ਰੀ 'ਚ ਅਸੀਂ ਜੁਆਇਨਿੰਗ ਕਰਵਾਈਆਂ
ਔਰ ਹੁਣ ਵੀ ਮੈਂ ਹਲਕੇ ਚ ਵੀ ਜਦੋਂ ਜਾ ਰਿਹਾ ਵਾਂ ਰੋਜ਼ ਹੀ ਸੈਂਕੜਿਆਂ ਦੀ ਗਿਣਤੀ ਚ ਪਰਿਵਾਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਨਾਲ ਸ਼ਾਮਲ ਹੋ ਰਹੇ ਆ ਔਰ ਦਿਨ ਬ ਦਿਨ ਜਿਹੜੀ ਆਮ ਆਦਮੀ ਪਾਰਟੀ ਦਾ ਕੰਪੇਨ ਆ ਉਹ ਬੈਟਰ ਹੁੰਦੀ ਜਾ ਰਹੀ ਆ ਔਰ ਇਸ ਤਰ੍ਹਾਂ ਲੱਗ ਰਿਹਾ ਕਿ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਜਿਹੜੇ ਕਿ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਲੋਕ ਸਭਾ ਗੁਰਦਾਸਪੁਰ ਤੋਂ ਉਹ ਚੰਗੀ ਲੀਡ ਨਾਲ ਇੱਥੋਂ ਜਿੱਤ ਪ੍ਰਾਪਤ ਕਰਨ। ਟੋਟਲ ਕਿੰਨੀਆਂ ਸੀਟਾਂ ਲੈ ਕੇ ਜਾਓਗੇ ਪੰਜਾਬ? ਸੀਟਾਂ ਤੇ ਮਾਨ ਸਾਹਿਬ ਨੇ ਜੋ ਨਾਰਾ ਦਿੱਤਾ 13-0 ਦਾ, ਮੈਨੂੰ ਤੇ ਇਹੀ ਲੱਗ ਰਿਹਾ ਕਿ ਉਹ 13-0 ਦਾ ਨਾਰਾ ਜਿਹੜਾ ਵਾ ਉਹ ਪੂਰਾ ਹੋਏਗਾ ਔਰ ਇੱਕ ਤਰਫੀ ਮੁਕਾਬਲਾ ਜਿਹੜਾ ਵਾ ਆਉਣ ਵਾਲੇ ਦਿਨਾਂ ਚ ਪੰਜਾਬ ਚ ਦੇਖਣ ਨੂੰ ਮਿਲੇ। ਇਸ ਰੈਲੀ ਸਪੈਸੀਫਿਕ ਤਾਂ ਵਾ ਕਿਉਂਕਿ ਕਾਦੀਆਂ ਦੀ ਧਰਤੀ ਤੇ ਹੋ ਰਹੀ ਹੈ, ਸੋ ਇਹਦਾ ਇੰਪੈਕਟ ਜਿਹੜਾ ਵਾ ਬਹੁਤ ਵੱਡਾ ਹੋਊਗਾ ਔਰ ਸਾਡੇ ਇਲਾਕੇ ਚ ਵੀ ਇਹਦੇ ਨਾਲ ਮਾਨ ਸਾਹਿਬ ਦੇ ਆਉਣ ਦੇ ਨਾਲ ਬਹੁਤ ਵੱਡਾ। ਹਲਕੇ ਵਾਈਜ਼ ਗਰੰਟੀਆਂ ਦੀ ਲਿਸਟ ਬਣਾਈ ਆ, ਉਹ ਮੈਂ ਹੁਣ ਡਿਸਕਲੋਜ਼ ਨਹੀਂ ਕਰਾਂਗਾ, ਉਦਣ ਰੈਲੀ ਵਾਲੇ ਦਿਨ ਹੀ ਤੁਹਾਨੂੰ ਜਿਹੜੇ 4-5 ਪੁਆਇੰਟ ਆ ਖਾਸ ਕਰਕੇ ਸਾਡੇ ਕਾਦੀਆਂ ਹਲਕੇ ਦੇ ਨਾਲ ਸੰਬੰਧਿਤ ਹਲਕੇ ਦੀਆਂ ਅਸੀਂ ਗਰੰਟੀਆਂ ਉਦਣ ਦੇਵਾਂਗੇ, ਮਾਨ ਸਾਹਿਬ ਦੇ ਕੇ ਜਾਣਗੇ ਔਰ ਉਹ ਗਰੰਟੀਆਂ ਇਹਨਾਂ 5 ਸਾਲਾਂ ਦੇ ਵਿੱਚ ਪੂਰੀਆਂ ਕੀਤੀਆਂ ਜਾਣਗੀਆਂ। ਕਾਫੀ ਵੱਡੇ ਐਲਾਨ ਜਿਹੜੇ ਆ ਉਦਣ ਹੋਣ।